ਕੀ ਨਾਮ ਹੈ ਜੀ? ਫਿਫਟੀਆਂ ਜੀ। ਕਿਹੜਾ ਪਿੰਡ ਹੈ? ਹਾਜ਼ਮ ਵਾਲਾ ਜੀ। ਅਤੇ ਕੀ ਗੱਲਬਾਤ ਹੋਈ ਸੀ? ਥਾਂਦਾਰ ਵਾਲਾ ਸੀ ਜੀ। ਠੀਕ ਹੈ ਜੀ। ਬਸ ਬਸ ਮਾਰਨ ਪੈ ਗਏ ਸਾਨੂੰ। ਠੀਕ ਹੈ ਜੀ। ਮੈਂ ਦੇਖੋ ਉੱਥੇ ਮਾਰੀ ਹੈ ਜੀ ਮੇਰੇ। ਠੀਕ ਹੈ ਜੀ। ਕੀ ਮਾਰਿਆ ਕੀ ਸੀ? ਮੇਰੇ ਇੱਕ ਤਾਂ ਜੀ ਕੁਹਾੜੀ ਮਾਰੀ ਹੈ, ਇੱਕ ਆਪਾ ਮਾਰਿਆ। ਠੀਕ ਹੈ ਜੀ। ਅਤੇ ਕਿੱਥੇ? ਲੱਤਾਂ 'ਤੇ ਕੁਹਾੜੀਆਂ ਮਾਰੀਆਂ, ਪੁੱਠੀਆਂ ਮਾਰੀਆਂ। ਠੀਕ ਹੈ ਜੀ। ਕਾਪਾ ਮੇਰੇ ਟੂਏ 'ਚ ਮਾਰਿਆ ਸੀ। ਠੀਕ ਹੈ ਜੀ। ਅਤੇ ਟਾਂਕੇ ਲੱਗੇ ਹੋਏ ਟੂਏ 'ਚ ਜੀ? ਕਿੰਨੇ ਟਾਂਕੇ? ਟਾਂਕੇ ਪਤਾ 17-18 ਟਾਂਕੇ। ਠੀਕ ਹੈ ਜੀ। ਕੀ ਨਾਮ ਕੀ ਸੀ ਜੀ ਨੇ ਮਾਰਿਆ? ਓਮ ਪ੍ਰਕਾਸ਼ ਅਤੇ ਸੋਨੂ। ਅਤੇ ਉਹਦੇ ਪਿਓ ਦਾ ਨਾਂ ਕੀ ਹੈ? ਓਮ ਪ੍ਰਕਾਸ਼ ਜੀ। ਉਹਦੇ ਪਿਓ ਦਾ ਨਾਂ? ਹਾਂਜੀ, ਉਹਦੇ ਪਿਓ ਦਾ ਨਾਂ ਤੀਰਾਮ। ਠੀਕ ਹੈ ਜੀ। ਉਸ ਤੋਂ ਅੱਗੇ ਉਹਦੇ ਪਿਓ ਦਾ ਨਾਂ ਪ੍ਰਕਾਸ਼ ਜੀ, ਮੁੰਡੇ ਦੇ ਪਿਓ ਦਾ ਨਾਂ। ਠੀਕ ਹੈ ਜੀ। ਅਤੇ ਤੁਹਾਡਾ ਰਿਸ਼ਤੇਦਾਰ ਜੀ? ਹਾਂ, ਭਰਾ ਜੀ। ਭਰਾ ਹੈ ਤੁਹਾਡਾ? ਅਤੇ ਉਸ ਟਾਈਮ ਉੱਥੇ ਕੋਈ ਵੀ ਹੈ ਨਹੀਂ ਸੀ ਜਦੋਂ? ਦੋ ਤਿੰਨ ਜਣੇ ਸੀਗੇ ਉਹਦੇ ਨਾਲ, ਹੋਰ ਨਹਿਰ 'ਤੇ ਪਰਾਂ ਖੜੇ ਰਹੇ ਪਾਸੇ। ਅਤੇ ਉਹਨਾਂ ਦੇ ਨਾਂ ਪਤਾ ਜੀ? ਨਾ ਜੀ, ਉਹਨੂੰ ਨਾਂ ਨਹੀਂ ਪਤਾ। ਨਹੀਂ, ਸਿਆਣੀ ਨਹੀਂ ਹੈ ਜੀ। ਅਣਪਛਾਤੇ ਸੀ? ਹਾਂ। ਕੀ ਨਾਮ ਹੈ ਜੀ? ਰਘਵੀਰ। ਹਾਂਜੀ, ਰਘਵੀਰ। ਅਤੇ ਜਦੋਂ ਤੁਸੀਂ ਇਹਨਾਂ ਦੇ ਨਾਲ ਹੈਗੇ ਸੀ ਉਦੋਂ ਕੀ ਗੱਲਬਾਤ ਹੋਈ ਸੀ? ਅੱਗੇ ਜੀ ਉਹ ਗੱਲ ਪਏ ਅਸੀਂ ਮੋਟਰਸਾਈਕਲ 'ਤੇ ਸੀਗੇ ਜੀ। ਠੀਕ ਹੈ ਜੀ। ਠੀਕ ਹੈ ਜੀ। ਉਹਨਾਂ ਕੋਲ ਕੁਹਾੜੀ ਸੀ, ਇੱਕ ਕੋਲ ਕਾਪਾ ਸੀਗਾ ਜੀ। ਠੀਕ ਹੈ ਜੀ। ਉਹਨਾਂ ਨੇ ਸਾਡੇ ਸੱਟਾਂ ਮਾਰੀਆਂ ਜੀ। ਠੀਕ ਹੈ ਜੀ। ਕੀ ਨਾਮ ਕੀ ਸੀ ਮਰਨ ਵਾਲਿਆਂ ਦਾ ਜੀ? ਉਹਨਾਂ ਦੀ ਓਮ ਪ੍ਰਕਾਸ਼ ਸੋਨੂ। ਠੀਕ ਹੈ ਜੀ। ਰਾਜਾ ਬਾਈ। ਠੀਕ ਹੈ ਜੀ। ਅਤੇ ਤੁਹਾਡੇ ਕੀ ਲੱਗਦੇ ਜੀ? ਉਹ ਮੇਰਾ ਭਰਾ ਜੀ। ਠੀਕ ਹੈ। ਕਿਹੜਾ ਪਿੰਡ ਹੈ ਜੀ? ਹਾਜ਼ਮ ਵਾਲਾ ਜੀ।